ਲਾਵੇ ਮੁੰਡੇ ਨੇ ਹੁਣ ਹੌਸਲਾ ਕਰ ਲਿਆ ਕੀ ਨਾਮ ਬਾਈ ਤੇਰਾ ਆਰੀਅਨ ਕਾਲੋ ਆਰੀਅਨ ਕਾਲੋ ਕਿਹੜੀ ਕਲਾਸ ਪੜਦੇ ਹੋ 5th ਦੇ ਵਿੱਚ ਕਿੰਨੇ ਸਾਲ ਹੋ ਗਏ ਪੜਦੇ ਨੂੰ 10 ਸਾਲ ਲੋ ਜੀ 10 ਸਾਲ ਹੋ ਗਏ 5ਵੀਂ ਜੇ ਪੜਦੇ ਨੇ ਕਿਹੜੇ ਸਕੂਲੇ ਪੜਦਾ ਦੇਪਸ ਤਦੇ ਹੀ ਜੇ ਸਰਕਾਰੀ ਸਕੂਲ 'ਚ ਪੜ੍ਹਦਾ ਹੋਵੇ ਇਹਨੂੰ ਪਤਾ ਲੱਗੇ ਹੁੰਦਾ ਕੀ ਆ ਕੋਈ ਗੱਲ ਨਹੀਂ ਇਹ ਮਾਂ ਬਾਪ ਨੇ ਇਹਦੀ ਚੰਗੀ ਵਿੱਦਿਆ ਲਈ ਉੱਚੇਰੀ ਸਿੱਖਿਆ ਲਈ ਇਹਨੂੰ ਡਿਪਸ ਦੇ ਵਿੱਚ ਲਾਇਆ ਆਹ ਹੀ ਪ੍ਰੋਬਲਮ ਆ ਭਾਜੀ ਕਾਨਵੈਂਟ ਸਕੂਲਾਂ ਦੀ ਜਿਹੜੇ ਬੱਚਿਆਂ ਨੂੰ ਸਹੀ ਵਿੱਦਿਆ ਨਹੀਂ ਦੇ ਸਕਦੇ ਲੁੱਟ ਮਚਾਈ ਹੋਈ ਇਹਨਾਂ ਸਕੂਲਾਂ ਦੀ ਹਿੰਦੁਸਤਾਨ ਦੇ ਵਿੱਚ ਇਹ ਪ੍ਰਾਈਵੇਟ ਅਦਾਰਿਆਂ ਨੇ ਪ੍ਰਾਈਵੇਟ ਸਕੂਲਾਂ ਨੇ ਬਹੁਤ ਲੁੱਟ ਮਚਾਈ ਹੈ ਤੁਸੀਂ ਦੇਖੋ ਜਲੰਧਰ ਦੇ ਵਿੱਚ ਇੱਕ ਲੱਡੂ ਵੇਚਣ ਵਾਲੇ ਵਪਾਰੀ ਉਹ ਵਿੱਦਿਆ ਦੇ ਮੰਦਿਰ ਦੇ ਵਪਾਰੀ ਬਣ ਗਏ ਹੁਣ ਲੇਕਿਨ ਲੱਡੂ ਵੇਚਣ ਵਾਲਾ ਬੰਦਾ ਵਿੱਦਿਆ ਬਾਰੇ ਕੀ ਦੱਸ ਸਕਦਾ ਕੁਛ ਨਹੀਂ ਦੱਸ ਸਕਦਾ ਹੁਣ ਮੇਰਾ ਪੁੱਤ ਤੂੰ ਪੜ੍ਹਦਾ ਤਾਂ ਹੈਗਾ ਤੇ ਹੁਣ ਕਿਹਦੇ ਗਾਣੇ ਕਿਹਦੇ ਸੁਣਦਾ ਹੁੰਦਾ ਆ ਮਾਰੋ ਤਾੜੀਆਂ ਖੁੱਲ ਕੇ ਇਹ ਆ ਦੀਵਾਨਗੀ ਇਹੋ ਜਿਹੀ ਦੀਵਾਨਗੀ ਨਹੀਂ ਕਦੀ ਵੀ ਦੇਖੀ ਚਾਹੇ 10 ਸਾਲ ਦਾ ਬੱਚਾ ਚਾਹੇ 25 ਸਾਲ ਦਾ ਨੌਜਵਾਨ ਚਾਹੇ 35 ਸਾਲ ਦਾ ਚਾਹੇ 40 ਸਾਲ ਦਾ ਚਾਹੇ 60 ਸਾਲ ਦਾ ਤੇ ਚਾਹੇ 90 ਸਾਲਾਂ ਦਾ ਬਜ਼ੁਰਗ ਉਹ ਵੀ ਸਿੱਧੂ ਮੂਸੇ ਵਾਲੇ ਦੇ ਲਈ ਰੋਇਆ ਇਹ ਸੱਚਾਈ ਇਹ ਵਾਰੀ ਆਪਣਾ ਤਾਂ ਜਿਉਂਦਾ ਰਹਿ ਵਸਦਾ ਰਹਿ ਤੇ ਪੜ੍ਹ ਲਿਖ ਮੈਂ ਤੇਰੀ ਫਰਮਾਇਸ਼ ਜ਼ਰੂਰ ਪੂਰੀ ਕਰਕੇ ਸ਼ੁਕਰੀਆ